ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਇੱਧਰ ਪਿੱਛੇ ਬੰਦੇ ਦੇਖੋ ਤੁਸੀਂ, ਮੈਨੂੰ ਕਹਿੰਦੇ ਆ ਤੁਸੀਂ ਵੀ ਕਾਲੇ ਨੂੰ ਨਾਲ ਕਾਹਤੇ ਨਹੀਂ ਲੈ ਕੇ ਗਿਆ। ਹੁਣ ਆਹ ਦੇਖੋ ਕਿੰਨਾ ਕੰਮ ਲੱਗਿਆ ਹੋਇਆ ਇਹ, ਇਹਨੂੰ ਮੈਂ ਕਿੱਥੇ ਦਾ ਕੰਮ ਛੱਡਾ ਕੇ, ਉਹਨੂੰ 30-40 ਕਿੱਲੇ ਜ਼ਮੀਨ ਦੇ ਆ, ਇਹ ਕਿੱਥੇ ਕੰਮ ਛੱਡ ਕੇ ਮੇਰੇ ਨਾਲ ਚੱਲੂ। ਇਹਦਾ ਸੁਰਜੀਤ ਵੀ ਦੱਸ, ਸੁਰਜੀਤ, ਸੁਰਜੀਤ ਆਈ ਲਵ ਯੂ ਡਾਰਲਿੰਗ, ਆਈ ਲਵ ਯੂ, ਮੈਂ ਤੈਨੂੰ ਪਿਆਰ ਕਰਦਾ, ਮੈਂ ਤੈਨੂੰ ਪਿਆਰ ਕਰਦਾ, ਮੈਂ ਤੈਨੂੰ ਪਿਆਰ ਕਰਦਾ। ਸੁਰਜੀਤ ਦੱਸ ਅੱਜ ਕਿਆ ਖਾਣਾ ਯਾਰ, 10,000 ਤੂੰ ਆ ਅੱਜ ਇੰਨਾ ਕੰਮ ਕਰਿਆ ਨਾ ਬਈ। ਇੱਥੇ ਤਕਰੀਬਨ 6 ਕਿੱਲੇ ਆ, ਅੱਜ ਇਹਨਾਂ ਦਾ 30 ਦਿਨ ਇੱਥੇ ਲਗਾਤਾਰ ਲੱਗੇ ਹੋਏ ਆ ਮਿਹਨਤ ਕਰਨ। ਹੁਣ ਤੁਸੀਂ ਕਹਿੰਦੇ, ਮੈਨੂੰ ਕਹਿੰਦੇ ਆ ਵੀ ਤੁਸੀਂ ਆਪ ਤੋਂ ਉੱਥੇ ਵਿਹਲਾ ਖਾਣਾ, ਆਹ ਮੇਰਾ ਹੱਥ ਵੀ ਦੇਖ ਲਓ ਤੁਸੀਂ, ਇੱਧਰ ਲਾਲ ਲਾਲ ਜਿਹਾ ਨਹੀਂ ਹੈਗਾ, ਅਤੇ ਪੈਰ ਲਿਬੜੇ ਹੋਏ, ਮੈਂ ਵੀ 2 ਕਿੱਲਿਆਂ 'ਚ ਰੇਹ ਪਾ ਕੇ ਆਇਆ, ਹੁਣ ਹੀ ਹਾਲੇ ਇਹਨਾਂ ਕੋਲ ਮੈਂ ਦੂਰ ਖੜ੍ਹੇ ਦੇਖ ਲਏ, ਮੈਂ ਕਿਹਾ ਲੱਗੇ ਹੋਏ ਵਰਕਰ, ਇਹਨੂੰ ਪਾਣੀ ਇਹ ਇੱਥੇ 3 ਬੰਦੇ ਲੱਗੇ ਹੋਏ ਆ, ਅਤੇ ਸੁਰਜੀਤ ਇਹਦਾ ਬੰਦਾ ਪੱਕਾ ਹੀ ਆ। ਉਹ ਉੱਧਰੋਂ ਬੰਦੇ ਦਾ ਨਾਂ ਹੋ ਗਿਆ ਅਰੁਣ, ਉਰੇ ਆਓ, ਯਹਾਂ ਆਓ ਬਾਈ, ਇੱਧਰ ਆਓ, ਇੱਧਰ ਹਮਾਰੇ ਪਾਸ ਆਓ ਜਲਦੀ ਸੇ, ਹਮ ਆਪਸੇ ਕੁਛ ਬਾਤ ਕਰਨਾ ਚਾਹਤੇ ਹੈ, ਇਸ ਇੰਡੀਆ ਮੇ ਜਹਾਂ ਕੋਈ ਕਿਸੀ ਕਾ ਕੁਛ ਕੋਈ ਕੋਈ ਹੈ ਨਹੀਂ ਹੈ, ਇੱਧਰ ਕਾਲੇ ਕੋ ਮੈਨੇ ਕਿਹਾ ਘੁੰਮਣੇ ਜਾਣਾ, ਕਾਲਾ ਕਹਿਤਾ ਮੇਰੇ ਪਾਸ ਇਤਨਾ ਕਾਮ ਹੈ ਕਿ ਮੈਂ ਨਹੀਂ ਤੁਹਾਰੇ ਸਾਥ ਜਾ ਸਕਦਾ, ਨੀ ਬੱਟੇ ਬੱਟੇ ਜਾਂਦੀ ਏ ਮੁਟਿਆਰੇ ਨੀ, ਹੈਂ ਰਿਸ਼ਤੇਦਾਰ ਨੇ, ਮੈਂ ਤਾਂ ਭਾਈ ਇਹਨੂੰ ਕਿਹਾ ਤਾ, ਮੈਂ ਕਿਹਾ ਚੱਲ, ਇਹ ਕਹਿੰਦਾ ਭਾਈ ਮੇਰੇ ਰਿਸ਼ਤੇਦਾਰਾਂ ਨੇ ਆਉਣਾ, ਮੈਨੂੰ ਕੰਮ ਬਹੁਤ ਹੈ, ਮੈਨੂੰ ਅਕਸਰ ਥੋੜ੍ਹੇ ਕਮੈਂਟ ਆ ਵੀ ਕਾਲਾ ਕਾਹਤੇ ਨਹੀਂ ਲੈ ਕੇ ਗਿਆ। ਹਾਏ ਅਰੁਣ, ਅਰੁਣ ਬਾਈ ਆ, ਕੈਸੇ ਹੋ ਆਪ, ਠੀਕ ਹੈ, ਅਰੇ ਬਾਈ ਆਪਣੇ ਬਹੁਤ ਕਿਆ ਕਿਆ ਲੈਣਾ ਤਾਂ, ਕੱਲ੍ਹ ਮੈਂ ਆਪਕੇ ਪਾਸ ਆਇਆ ਤਾਂ ਆਪ ਬੋਲਤੇ, ਮੈਂ ਗਾਡੀ ਲੈਣਾ, ਕਿਆ ਲੈਣਾ ਕੱਲ੍ਹ, ਅਰੇ ਮਤ ਹੱਸੋ ਯਾਰ, ਕਿਆ ਲੈਣਾ ਥਾ ਆਪਣੇ, ਕੱਲ੍ਹ ਆਪ ਬੋਲੇ ਤਾਂ ਮੈਨੇ ਗਾਡੀ ਲੈਣੀ, ਟਰੈਕਟਰ ਲੈਣਾ, ਹਾਂ ਜੀ ਹੈਂ, ਗਾਡੀ ਲੈਣਾ, ਇੱਧਰ ਇਸਕੋ ਵੀ ਦਵਾਉਣਾ ਆਪਣੇ ਗਾਡੀ, ਉਹ ਸੁਰਜੀਤ ਆਪਣੇ ਕਿਆ ਲੈਣਾ, ਕਿਆ ਲੈਣਾ, ਹੋਰ 1.5 ਮਹੀਨੇ ਤੱਕ ਆਹ ਖੇਤ ਆਪਣੇ ਇਹਨਾਂ ਨੂੰ ਪੈ ਜਾਣਾ, ਕਿਆ ਕਹਿੰਦੇ ਹੁੰਦੇ ਉੱਪਰ, ਹੈਂ 1.5 ਮਹੀਨਾ ਲੱਗੇ ਜਾਣਾ ਹਾਲੇ ਤਾਂ, ਬਸ ਹੋਰ 1.5-2 ਮਹੀਨੇ ਤੱਕ ਨਾ ਇਹਨਾਂ ਨੂੰ ਗੋਭ 'ਚ ਆ ਜਾਣਾ, ਵੀ ਬਲ ਨਿਕਲਣੀ ਸ਼ੁਰੂ ਹੋ ਜਾਣੀ ਇਹਦੇ ਵਿੱਚ, ਤੇ ਇਸ ਟਾਈਮ ਦਾ ਜੋ ਆਪਣੇ ਵਿਊ ਹੁੰਦਾ ਨਾ ਆ ਖੇਤਾਂ ਦਾ, ਬਹੁਤ ਜ਼ਿਆਦਾ ਵਧੀਆ ਹੁੰਦਾ, ਚਾਰੇ ਪਾਸੇ ਹਰਿਆ ਭਰਿਆ। ਅਰੇ ਬਾਈ ਆਪਣੇ ਪਰਨਾ ਕੈਸੇ ਬਣਾ ਜੇ, ਜੇ ਕੌਣ ਸਾ ਸਟਾਈਲ ਹੈ ਆਪਕਾ, ਕਾਲੇ ਕਿੰਨੇ ਕਿੱਲਿਆਂ ਦਾ ਕੱਢਦਾ ਕੱਖ ਅੱਜ, 6 ਕਿੱਲਿਆਂ ਦਾ ਕੱਖ ਕੱਢਦੇ ਇੱਥੇ ਕਾਲੇ ਨੇ, ਅਤੇ ਆਹ ਬੱਟ ਪਰ ਰੱਖੇ ਹੋਏ, ਅਤੇ ਇੱਧਰ ਬੰਦਾ ਪਿੱਛੇ ਆ ਰਿਹਾ, ਇਹਦੇ ਪਰ ਗਾਣਾ ਗਾਉਂਦੇ ਆਪਾਂ, ਤੁਹਾਡੀ ਦਾਤੀ ਕਹਾਂ ਹੈ, ਪਿੱਛੇ ਹੈ, ਕਿੱਧਰ ਪੜੀ ਹੈ, ਇੱਧਰ ਪੜੀ, ਆ ਜਾਓ, ਉਹ ਉੱਧਰ ਸਾਡੇ ਸਾਹਮਣੇ ਸਾਡਾ ਪਿੰਡ ਆ, ਇੱਧਰ ਆ ਪਿੰਡ ਭੈਣੀ ਆ, ਇਹਨਾਂ ਦੋਨਾਂ ਪਿੰਡਾਂ ਦੇ ਗੱਬੇ 'ਚ ਹੋ ਕੇ ਨਾ ਪਾਣੀ ਆਉਂਦਾ ਇੱਥੇ ਦੀ, ਆਹ ਇਹਨੂੰ ਚੋਈ ਕਹਿੰਦੇ, ਇੱਥੇ ਨੇ ਸਾਰੇ ਪਿੰਡ ਦਾ ਜੋ ਵੀ ਉੱਧਰਲੇ ਪਰਲੇ ਪਾਸੇ 3-4 ਪਿੰਡਾਂ ਦਾ ਪਾਣੀ ਇਕੱਠਾ ਹੋ ਗਿਆ, ਇੱਥੇ ਦੀ ਹੋ ਗਏ, ਐਂ ਦੇ ਹੋ ਗਏ, ਐਂ ਦੇ ਹੋ ਗਏ, ਐਂ ਦੇ ਹੋ ਗਏ, ਐਂ, ਉਹ ਉੱਧਰ ਅੱਗੇ ਦਰਿਆ ਹੈ, ਉੱਥੇ ਜਾਂਦਾ ਇੱਥੋਂ, ਜਿੰਨਾ ਪਾਣੀ ਇੱਥੇ ਇਕੱਠਾ ਹੋ ਜਾਂਦਾ, ਆਹ ਜਗ੍ਹਾ ਨੀਵੀਂ ਨਿਮਾਣ ਹੈ ਇੱਥੇ ਨੂੰ, ਆਹ ਸਾਰਾ ਪਾਣੀ ਇੱਥੇ, ਅਤੇ ਸਾਰਾ ਉਸ ਦਰਿਆ 'ਚ ਚਲੀ ਜਾਂਦਾ ਪਾਣੀ ਇਹ। ਮੈਂ ਅਕਸਰ ਸੋਚਦਾ ਹੁੰਦਾ ਕਾਲੇ ਯਾਰ, ਜੇ ਇੱਥੇ ਆਹੀ ਪਾਣੀ ਆਪਾਂ ਸਟੋਰ ਕਰ ਲਈਏ ਯਾਰ ਕਿਤੇ ਨਾ ਕਿਤੇ, ਹਾਂ ਨਹੀਂ ਸਟੋਰ ਨਹੀਂ, ਹੋਰ ਥੋੜ੍ਹਾ ਡੂੰਘਾ ਕਰ ਦੇਵੇ ਉਹਨੂੰ, ਇੰਨਾ ਕੁ ਆਪਾਂ ਪਾਣੀ ਇੱਥੇ ਸਟੋਰ ਕਰ ਲਈਏ, ਯਾਰ ਡੂੰਘਾ ਹੁਣ ਉਹਨੇ ਪਾਣੀ ਥੋੜ੍ਹੀ ਦੇਣਾ ਯਾਰ ਆਪਾਂ ਨੂੰ ਆਪਣੀ ਫਸਲ ਵਾਸਤੇ, ਇੱਥੇ ਕਿਤੇ ਯਾਰ ਕੋਈ ਜ਼ਿਆਦਾ, ਜਿੱਦਾਂ ਹੁਣ ਮੈਂ ਜਪਾਨ ਦਾ ਦੱਸਦਾ, ਕਹਿੰਦੇ ਉਹਨਾਂ ਨੇ ਇੰਨੇ ਡੂੰਘੇ ਟੋਏ ਮਾਰੇ ਹੋਣ ਧਰਤੀ ਦੇ ਵਿੱਚ ਵੀ ਪਾਣੀ ਬਹੁਤ ਜ਼ਿਆਦਾ ਸਟੋਰ ਕਰ ਲੈਂਦੇ ਉਹ, ਵੀ ਜੇ ਆਉਣ ਵਾਲੇ ਟਾਈਮ 'ਚ ਕੁਛ ਸੋਚਦੇ ਕੋਈ ਇੱਦਾਂ ਦਾ ਕੋਈ ਐਡਾ ਬੜਾ ਕੋਈ ਟੋਆ ਮਾਰਨਾ ਚਾਹੀਦਾ ਆਪਾਂ ਨੂੰ ਜਿਹਦੇ ਵਿੱਚ ਆਪਣਾ ਪਾਣੀ ਖੜ੍ਹ ਜਾਵੇ, ਜਿਹੜਾ ਮੀਂਹ ਦਾ ਪਾਣੀ ਬਰਸਾਤੂ, ਯਾਰ ਹੁਣ ਇੱਥੇ ਤੇਰਾ ਸੁੱਕਣਾ ਸਾਰੇ ਪਿੰਡ ਦਾ ਪਾਣੀ ਇੱਥੇ ਆਉਂਦਾ ਹੁਣ, ਜਿੰਨਾ ਵੀ ਉੱਥੇ ਦੇ ਪਿੰਡ ਦਾ ਜਦੋਂ ਬਰਸਾਤਾਂ ਪੈਂਦੀ ਸਾਰੇ ਪਿੰਡ ਇੱਥੇ ਪੈਂਦੇ ਪਾਣੀ ਆ, ਖੇਤ ਦਾ ਅਸੀਂ ਸੁਕਾਉਣਾ ਨਹੀਂ, ਫਿਰ ਤਾਂ ਸੁੱਕਦਾ ਨਹੀਂ ਹੈ ਕਿ ਮੀਂਹ ਪੈਂਦਾ ਪਾਣੀ ਫੇਰ ਆ ਜਾਂਦਾ ਇਹਦੇ ਵਿੱਚ, ਹਾਂ ਇੱਥੋਂ ਇਹਨਾਂ ਵਿੱਚ ਤਾਂ ਕੱਖ ਹੋਇਆ ਹੋਇਆ ਸੀ, ਉਹ ਪਰਲੇ ਪਾਸੇ ਸੁਰਜੀਤ ਆ, ਸੁਰਜੀਤ ਵੀ ਲੱਗਿਆ ਕੱਢਣ, ਇਹਨਾਂ ਵਿੱਚ ਵਿੱਚ ਤਾਂ ਵੱਢ ਵੱਢ ਕੇ 3 ਜਣੇ ਲੱਗੇ ਹੋਏ ਸੀ, ਕੱਲ੍ਹ ਤਾਂ ਪਰਸੋਂ ਦੇ ਲੱਗੇ ਹੋਏ ਆ, 3 ਦਿਨ ਇਹਨਾਂ ਕੋਲ ਮੈਂ ਆਇਆ, ਅਤੇ ਚਾਹ ਪਾਣੀ ਪੁੱਛਿਆ ਉਹਨਾਂ ਨੂੰ, ਚਾਹ ਪਾਣੀ ਦੀ ਲੋੜ ਆ, ਮੈਂ ਲਿਆ ਕੇ ਦਿੱਤੀ ਇਹਨਾਂ ਨੂੰ ਚਾਹ, ਇੱਕ ਵਾਰੀ ਚਾਹ ਪਿਲਾਈ, ਇੱਕ ਵਾਰੀ ਠੰਡਾ ਪਿਲਾਇਆ, ਇੱਕ ਵਾਰੀ ਪਾਣੀ ਪਿਲਾਇਆ ਗਰਮਾ ਗਰਮ,
ਨਾ ਗਰਮਾ ਗਰਮ ਚਾਹ ਠੰਡਾ ਪਾਣੀ ਪਿਲਾਇਆ, ਕਦੇ ਮਿਕਸਿੰਗ ਹੋ ਜਾਂਦੀ ਵਿੱਚ। ਹੁਣ ਲਿਖਦਾ ਮੈਨੂੰ ਕਾਲਾ ਵਿਹਲਾ ਹੋਇਆ, ਕਾਲੇ ਨੂੰ ਅੱਜ ਕਹਿੰਦਾ ਕਾਲੇ ਰੁੱਪੜ ਜਾਣਾ ਜੀ ਮੇਰੇ ਨਾਲ, ਜਾਣਾ ਰਿਸ਼ਤੇਦਾਰ ਦੱਸ। ਹੁਣ ਤੁਸੀਂ ਫਿਰ ਮੈਨੂੰ ਕਹਿੰਦੇ ਕਾਲਾ ਨਾਲ ਨਹੀਂ ਹੈਗਾ, ਇਹਨੂੰ ਮੈਂ ਪਹਿਲਾਂ ਆ ਕੇ ਪੁੱਛਿਆ ਮੈਂ ਕਾਲੇ ਰੁੱਪੜ ਜਾਣਾ ਮੇਰੇ ਨਾਲ, ਕਹਿੰਦਾ ਅੱਜ ਮੈਂ ਰਿਸ਼ਤੇਦਾਰ ਜੀ ਆਪਣੀ ਭੈਣ ਨੂੰ ਸੁਨਾਰਾ ਦੇ ਕੇ ਆਉਣਾ, ਮੈਂ ਕਿਹਾ ਮੈਂ ਵੀ ਸੁਨਾਰਾ ਦੇਣ ਜਾਣਾ ਆਪਣੀ ਭੂਆ ਨੂੰ ਅਤੇ ਕਿੱਦਣ ਹੁਣ ਪਰਸੋਂ ਨੂੰ ਜਾਊਂਗਾ, ਅੱਜ ਮੈਂ ਨਿੰਮੇ ਬਾਈ ਨਾਲ ਜਾਣਾ, ਨਿੰਮੇ ਬਾਈ ਦਾ ਕੰਮ ਆ ਬੈਂਕ ਦੇ ਵਿੱਚ ਅੱਜ, ਨਿੰਮਾ ਬਾਈ ਕਈ ਦਿਨ ਨਾਲ ਮੇਰੇ ਗਲ ਪਿਆ ਹੋਇਆ। ਹੁਣ ਚੱਲਦੇ ਹਾਂ ਸੁਰਜੀਤ ਕੋਲ, ਇੱਧਰ ਇੱਕ ਬੰਦਾ ਅਰੁਣ, ਹਾਏ ਅਰੁਣ ਕਿਆ ਕਰ ਰਹੇ ਹੋ ਯਾਰ, ਆਪ ਇੱਧਰ ਕਿਆ ਕਰਨੇ ਆਏ ਹੋ ਇੱਧਰ ਯਹਾਂ ਪਰ, ਅਰੇ ਭਾਈ ਅੱਛੇ ਸੇ ਕੱਖ ਫੇਂਕੋ ਇੱਧਰ, ਅਰੁਣ ਜੀ ਆਪਣੇ ਪਰਨਾ ਕੈਸਾ ਬਣਾ ਹੈ, ਪਰਨਾ ਤਾਂ ਇੱਕਦਮ ਸਹੀ ਹੈ, ਅਰੇ ਬਰੁਣ ਭਾਈਆ। ਉਹ ਜੀ ਜੋ ਅੱਜ ਦੀ ਵੀਡੀਓ ਸੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਵੀ ਕਾਲੇ ਕੋਲ ਇੰਨਾ ਟਾਈਮ ਨਹੀਂ ਹੁੰਦਾ, ਤੁਸੀਂ ਅਕਸਰ ਮੈਨੂੰ ਕਮੈਂਟ ਕਰਦੇ ਰਹਿੰਦੇ ਆ ਵੀ ਤੁਸੀਂ ਕਾਲੇ ਨੂੰ ਕਾਹਤੇ ਨਾਲ ਲੈ ਕੇ ਜਾਂਦੇ, ਹੁਣ ਮੈਂ ਇਹ ਕਰਾਂ ਅਸੀਂ ਉੱਥੇ ਗਏ ਇਹਦੇ ਕੋਲ ਟਾਈਮ ਨਹੀਂ ਤਾਂ ਅੱਜ ਅਸੀਂ ਫਿਰ ਮੈਂ ਰੋਪੜ ਜਾਣਾ ਨਿੰਮੇ ਬਾਈ ਦਾ ਥੋੜ੍ਹਾ ਜਿਹਾ ਕੰਮ ਹੈ, ਮੈਂ ਕਿਹਾ ਨਿੰਮੇ ਕਾਲੇ ਬਾਈ ਚੱਲ ਮੇਰੇ ਨਾਲ, ਕਾਲਾ ਕਹਿੰਦਾ ਮੇਰੇ ਕੋਲ ਟਾਈਮ ਨਹੀਂ ਹੈਗਾ ਕਿ ਐਂ। ਹੁਣ ਇਹਨੇ ਉਹ ਜ਼ਮੀਨ ਦੇਖੋ ਇਹਦੇ ਕੋਲ ਵੀ 30-40 ਕਿੱਲੇ ਜ਼ਮੀਨ ਦੇ ਆ, 50 ਬਣ ਜਾਂਦੇ ਟੋਟਲ ਸਾਰਾ ਵਿੱਚ ਮਿਲਾ ਮਲੂ ਕੇ, ਵਿੱਚ ਗੰਨੇ ਦੇ ਵੀ ਹੈਗੇ, ਵਿੱਚ ਜੀਰੀ ਦੇ ਵੀ ਹੈਗੇ, ਵਿੱਚ ਹੋਰ ਕਿਆ ਕਹਿੰਦੇ ਹੋਰ ਵੀ ਨਿੱਕ ਸੁੱਕੇ ਨੇ ਲਾਇਆ ਹੋਇਆ ਖੇਤਾਂ ਦੇ ਵਿੱਚ, ਅਤੇ ਇਸ ਕਰਕੇ ਤਾਂ ਟਾਈਮ ਨਹੀਂ ਹੁੰਦਾ। ਮੈਂ ਅਕਸਰ ਆ ਕੇ ਕਈ ਵਾਰ ਸੋਚਣਾ, ਕੱਲ੍ਹ ਵੀ ਆਇਆ ਸੀ ਪਰਸੋਂ ਵੀ ਇਹਦੇ ਕੋਲ, ਪਰਸੋਂ ਤਾਂ ਮੈਂ ਬਾਹਰ ਸੀ, ਕੱਲ੍ਹ ਆਏ ਸੀ ਸੁਬਹਾ ਇਹਦੇ ਕੋਲ ਮੈਂ, ਅਤੇ ਕੱਲ੍ਹ ਵੀ ਕੱਢ ਰਹੇ ਸੀ ਮੈਂ, ਚੱਲ ਕੱਲ੍ਹ ਮੈਨੂੰ ਵੀ ਇੱਕ ਦੋ ਕੰਮ ਸੀ ਸਵੇਰੇ, ਮੈਂ ਵੀ ਉੱਧਰ ਹੁਣ ਜਿੱਥੇ ਮੈਂ ਆਪਣਾ ਮੋਟਰ ਪਾਈ ਉੱਧਰ ਪਾਣੀ ਖੜਾਉਣਾ ਹੁਣ ਜਾ ਕੇ, ਉਹਦਾ ਹਾਲੇ ਟਾਈਮ ਹੀ ਲੱਗ ਰਿਹਾ, ਅਤੇ ਚੱਲਿਆ ਹੁਣ ਉੱਧਰ ਜਾਣਾ ਮੈਂ। ਅਤੇ ਅਕਸਰ ਤੁਹਾਡੇ ਕਮੈਂਟ ਵੀ ਆ ਰਹੇ ਸੀ ਵੀ ਤੁਹਾਡਾ ਉੱਧਰ ਲੈਂਟਰ ਪਿਆ ਕਿ ਨਹੀਂ ਪਿਆ, ਉਹ ਲੈਂਟਰ ਪੈ ਗਿਆ, ਸਾਰਾ ਕੁਝ ਹੋ ਗਿਆ, ਦੇਖਦਾ ਜੋ ਕੱਲ੍ਹ ਦੀ ਵੀਡੀਓ ਹੋਰ ਆਊਗੀ, ਵੀਡੀਓ ਤੋਂ ਤੁਹਾਨੂੰ ਮੈਂ ਦਿਖਾਊਂਗਾ ਵੀ ਮੇਰਾ ਤਾਂ ਲੈਂਟਰ ਪੈ ਚੁੱਕਿਆ। ਅਤੇ ਉਹ ਬਾਈ ਨਾ ਲੜੋ, ਓਏ ਓਏ ਨਾ ਹਟੋ, ਓਏ ਨਾ ਹਟੋ, ਓਏ ਨਾ ਹਟੋ, ਨਾ ਹਟੋ, ਉਹ ਨਾ ਹਟੋ, ਇੱਥੇ ਤੱਕ ਉਹ ਘਰਾਂ ਤੱਕ ਇਹਨੂੰ 20 ਮਿੰਟ ਲੱਗਣੇ ਜਾਣ ਨੂੰ, ਦੇਖ ਸਰ 20 ਮਿੰਟ ਲੱਗ ਗਏ, ਚੱਲ ਮੇਰੇ ਨਾਲ ਤੂੰ, 20-20 ਮਿੰਟ 10 ਮਿੰਟ 'ਚ ਪਹੁੰਚਣਾ ਉੱਥੇ, ਜਾਣ ਤੂੰ ਜੇ ਚੱਪਲਾਂ ਪਾ ਕੇ ਲਿਆ, ਮੈਂ ਤੈਨੂੰ 10 ਮਿੰਟ 'ਚ ਪਜਾ ਕੇ ਦਾਮ ਆ ਜਾ, 10,000 ਰੁਪਏ ਦੀ ਸ਼ਰਟ ਲਾ ਜਾ, ਫੇਰ ਨਾਲੇ ਘਨੇੜੀ ਚੱਕ ਲੈ ਕੇ ਜਾਊਗਾ, ਦੇਖੋ 20-20 ਹਜ਼ਾਰ ਦੀ ਲਾਉਂਦਾ ਮੇਰੇ ਨਾਲ, ਕਹਿੰਦਾ 20-20 ਹਜ਼ਾਰ ਦੀ, ਕਹਿੰਦਾ ਦੇਖ ਮੈਨੂੰ ਜੇ ਮੈਂ ਹੁਣ ਕਹਿੰਦਾ ਉਹਨੂੰ ਜਾਣਾ 15 ਦਿਨਾਂ 'ਚ ਘਰ ਵਾਲੀ ਲਿਆਉਣੀ, 20,000 ਰੁਪਏ ਦੇ ਦੀ ਮੈਨੂੰ, ਕਹਿੰਦਾ ਜੇ ਨਾ ਮੁੜਿਆ, ਜੇ ਮੁੜਿਆ ਕਹਿੰਦਾ ਮੈਂ ਇਹਨੂੰ ਹੁਣ ਕਹਿੰਦਾ ਵੀ 10 ਮਿੰਟ ਇਹਦਾ ਬਹੁਤ ਦੂਰ ਦੀ ਗੱਲ ਹੈ, 10 ਮਿੰਟ ਪਹਿਲਾਂ ਮੈਨੂੰ ਪੂਰੀ ਗੱਲ ਥੋੜੀ ਸਮਝ ਲੱਗੀ ਹੈ ਵੀ ਇਹ ਸਮਾਂ ਪੂਰਾ ਫਰੇਮ ਚ ਲੋਕਾਂ ਨੂੰ ਪਤਾ ਲੱਗ ਗਿਆ, ਇਧਰ ਮੁਕਾ ਲੈ ਮੈਂ ਸਮਝਾਉਂਦਾ, ਮੈਂ ਗੱਲ ਸਮਝ ਲਾ, ਇਹ ਕਹਿੰਦਾ ਮੈਂ ਦੁਸ਼ਹਿਰੇ ਨੂੰ ਜਾਣਾ, ਹਾਂ ਚੁੱਪ, ਪਹਿਲਾਂ ਤੂੰ ਇੱਕ ਮਿੰਟ ਪਹਿਲਾਂ ਤੂੰ ਦੱਸ, ਤੂੰ ਆ, ਹਾਂ ਚੱਲ ਦੱਸ, ਮੈਂ ਇਹਨੂੰ ਕਿਹਾ ਕਿ ਮੈਂ ਜਾਣਾ ਕਰ ਦਸਾਰੀ ਮੈਂ 15 ਦਿਨ ਖਾਤਿਰ ਦੀਵਾਲੀ ਮੈਂ ਆ ਜਾਣਾ ਉਰੇ ਮੁਰ ਕਰ, ਅੱਛਾ ਇਹ ਮੈਂ ਇੱਕ ਨਮੇ ਬੋਲੇ ਕਿ ਵਿਸ਼ਵਾਸ ਨਹੀਂ ਹੋਗਾ ਨਾ, ਕਿ ਤੈਨੂੰ 20,000 ਦਾ ਸ਼ਰਤ ਲਗਾ ਲਾ, ਮੈਂ ਇਹਨੇ ਆਉਣਾ ਕਿ ਤੈਨੂੰ ਦੂੰਗਾ 20,000 ਰੁਪਿਆ, ਅਗਰ ਜੇ ਮੈਂ ਆ ਗਿਆ ਮੈਂ ਇਹਦਾ 20,000 ਲੈਣ ਜਾਊਂਗਾ ਉੱਥੇ, ਜੇ 15 ਦਿਨ ਤੂੰ ਆਇਆ ਬਿਹਾਰ ਦੇ ਲੈਣ ਜਾਊਂਗਾ ਇਹਦਾ 20,000 ਰੁਪਿਆ, ਬਈ ਕਿੰਨਾ ਸਿਆਣਾ ਹੋ ਗਿਆ, ਕਿੰਨੀ ਅਕਲ ਆ ਗਈ ਹੋਏ, ਕਿੰਨੇ ਬਹਾਨੇ ਲਾ ਰਿਹਾ ਇਹਨੇ ਮੇਰੇ ਨਾਲ, 5 ਮਹੀਨੇ ਦੀ ਗੱਲ ਕਰੀ, 5 ਮਹੀਨੇ ਲਾਉਂਗੇ, ਹੁਣ 5 ਮਹੀਨੇ ਤੇ ਹੁੰਦੇ ਆ ਦਸੰਬਰ ਦੇ ਬਾਅਦ ਤੱਕ, ਹੁਣ ਤੇ 8ਵਾਂ ਮਹੀਨਾ ਲਾ ਜਾਣਾ ਸਮਝ, ਉਹ 20,000 ਰੁਪਏ ਰੱਖ ਲਈ ਤੂੰ, ਆ ਕੇ ਇਹਨੂੰ ਦੇ ਦੀ 20,000, ਉਹੀ ਹੈਗੇ ਲੱਗਦਾ ਰਿਹਾ, ਹਾਂ ਉਹ ਤਰ ਨਹੀਂ ਉਹ ਤੂੰ ਤੁਰੇ ਦੇਖ, ਹੁਣ ਇਹ ਸ਼ਰਤ ਲਾ ਲਵੇ ਕਹਿੰਦਾ 10 ਮਿੰਟ 'ਚ ਉਰੇ ਤਾਂ ਘਰ ਨਹੀਂ ਪਹੁੰਚ ਸਕਦਾ, ਮੇਰੇ ਨਾਲ ਲਾਵੇ ਸ਼ਰਤ ਮੈਂ 10 ਮਿੰਟ 'ਚ ਘਰੇ ਪਹੁੰਚੂਗਾ, ਜੇ ਨਾ ਪਹੁੰਚੇ ਮੈਂ 1,000 ਰੁਪਏ ਦਊਂਗਾ, ਜੇ ਪਹੁੰਚ ਗਏ 10 ਮਿੰਟ 'ਚ ਤਾਂ ਇਹ ਮੈਨੂੰ ਸੁਰਜੀਤ ਚੱਲੇ ਲਾ ਲਾ ਹੁਣੇ, ਦੇਖਿਆ ਦੇਖਿਆ ਡਰਦਾ ਡਰਦਾ, ਅਰੁਣ ਅਰੁਣ ਭਈਆ ਆਪ ਕਿੱਧਰ ਚਲੀਏ, ਅਰੁਣ ਭਈਆ ਅਰੁਣ ਭਈਆ ਪਾਣੀ ਪੀ ਕੇ, ਚਲ ਪਾਣੀ ਮੋਟਰ ਚੱਲਦੀ ਹੈ, ਚਲੋ ਹੁਣ ਮੋਟਰ ਪਾਣੀ ਪੀ ਲਈਏ ਬਈ। ਗੱਲ ਇੱਦਾਂ ਸੀ ਦੁਸਹਿਰਾ ਦਿਵਾਲੀ ਦੇ ਟਾਈਮ ਸੁਰਜੀਤ ਫਿਰ ਛੁੱਟੀ ਮੰਗ ਰਿਹਾ, ਉਹ ਕਹਿੰਦਾ ਵੀ ਮੈਨੂੰ ਤੂੰ 20,000 ਦੀ ਸ਼ਰਤ ਲਾ ਲੈ, 20,000 ਦੀ ਸ਼ਰਤ ਕਿੱਦਾਂ ਕਾਲੇ ਮੈਂ ਇਹਨੂੰ ਦੇਣਾ, ਇਹ ਕਹਿੰਦਾ ਮੈਂ ਕਿਹਾ ਮੈਂ ਤਾਂ ਤੇਰੇ ਹੁਣ 5 ਮਹੀਨੇ ਦੀ ਗੱਲ ਕਰੀ, ਆਪਣਾ 5 ਮਹੀਨੇ ਲਾ ਕੇ ਜਾਈਂ, ਅੱਛਾ ਕਿੱਥੇ ਆ ਦਿਖਾ ਮੱਛੀ ਦਿਖਾਈਏ, ਉਹ ਉੱਥੇ ਮੱਛੀ ਆ, ਹੁਣ ਅਸੀਂ ਮੋਟਰ ਪਰ ਆ ਗਏ ਹਾਂ ਜਿੱਥੇ ਹੁਣ ਅਸੀਂ ਪਾਣੀ ਪੀਣਾ, ਉਹ ਮੋਟਰ ਚਲਾ ਤੀ ਉੱਧਰ ਤੇ ਮੋਟਰ, ਅਰੁਣ ਭਈਆ ਅਰੁਣ ਭਈਆ ਕੈਸੇ ਹੋ ਭਈਆ, ਤੇ ਹੁਣ ਪਾਣੀ ਪੀ ਕੇ ਮੈਨੂੰ ਬਹੁਤ ਜ਼ਿਆਦਾ ਥਿਆ ਲੱਗੀ ਹੋਈ ਆ, ਤੇ ਮੈਂ ਵੀ ਪਾਣੀ ਪੀਵਾਂ, ਚਲੋ ਯਾਰ ਪਾਣੀ ਪੀਓ ਪਹਿਲਾਂ ਤਾਂ, ਉਹ ਪਹਿਲਾਂ ਥੋੜ੍ਹੀ ਚੱਲ ਲੈਂਦਾ ਪਾਣੀ, ਓਏ ਅਰੁਣ ਭਈਆ ਪਾਣੀ ਪੀ ਲਓ ਯਾਰ ਫਟਾਫਟ, ਚਲ
ਸਰਜੀਤ ਨੇ ਮੱਛੀ ਫੜੀ ਆ ਹਾਂ ਤਾਂ ਤੰਗੀ ਹੋਣੀ ਆ ਪਾਣੀ ਪੀ ਲਓ ਛੇਤੀ ਆਹ ਕੰਧ ਨੂੰ ਹੱਥ ਲਾਈ ਦਾ ਮਾੜਾ ਮੋਟਾ ਅਫਸੋਸ ਆਉਂਦਾ ਹੋਣਾ ਕਾਲੇ ਨੇ ਹੁਣੀ ਹੁਣੀ ਦੇਖਿਆ ਸੀ ਕਹਿੰਦਾ ਵੀ ਕੰਧ 'ਚ ਕਰੰਟ ਆਉਂਦਾ ਕਾਲੇ ਦੇ ਨਾ ਐਂ ਹੱਥ ਲੱਗਣਾ ਕਹਿੰਦੇ ਜਦੇ ਹੱਥ ਚੱਕ ਲਿਆ ਇੱਕ ਹੁਣ ਮੈਂ ਤੁਹਾਨੂੰ ਹੋਰ ਚੀਜ਼ ਦੱਸਣਾ ਚਾਹੁੰਦਾ ਜੇ ਕਿੱਦਾਂ ਨਾ ਕਿਤੇ ਕਰੰਟ ਆ ਜਾਵੇ ਕੰਧ ਵਿੱਚ ਕਈ ਬੰਦੇ ਫਿਰ ਡਰਦੇ ਆ ਵੀ ਕਰੰਟ ਕਿੱਦਾਂ ਚੈੱਕ ਕੀਤੇ ਜਾਵੇ ਤੁਸੀਂ ਨਾ ਐਂ ਪੁੱਠਾ ਹੱਥ ਲਾਉਣਾ ਹੈ ਵੀ ਆਹ ਪੁੱਠੇ ਹੱਥ ਨਾਲ ਆਹ ਜਿਹੜਾ ਹੱਥ ਪੁੱਠਾ ਐਂ ਖਿੱਚ ਹੋ ਜਾਂਦਾ ਜਾਂ ਤੁਸੀਂ ਐਂ ਲੈਂਦੇ ਐਂ ਸਿੱਧਾ ਨਹੀਂ ਖਿੱਚੋਣਾ ਹੈਗਾ ਮੁੱਠੀ ਵਿੱਚ ਜਾਂਦੀ ਆ ਹਾਂ ਇੱਦਾਂ ਥੋੜ੍ਹੀ ਆ ਮੁੱਠੇ ਇੱਕ ਲੱਤ ਬੰਦਾ ਹੱਥ ਅੰਦਰ ਆ ਜਾਂਦਾ ਠੀਕ ਆ ਇਹ ਗੱਲ ਦੀ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਵੀ ਜੇ ਕਿਤੇ ਇੱਦਾਂ ਕਿਤੇ ਤੁਸੀਂ ਕੰਧ ਕੁੰਧ 'ਚ ਕਰੰਟ ਜੇ ਬੰਦੇ ਫਿਰ ਡਰਦੇ ਸ਼ਾਇਦ ਹੁਣ ਹੈ ਨਹੀਂ ਮੈਂ ਦੇਖ ਲਿਆ ਸੀ ਚੈੱਕ ਕਰ ਲਿਆ ਪੁੱਠੇ ਹੱਥ ਨਾਲ ਤੁਸੀਂ ਚੈੱਕ ਕਰਨਾ ਅੱਬਲ ਚੈੱਕ ਤਾਂ ਕਰੋ ਹੀ ਨਾ ਉਹ ਵੀ ਮਾੜਾ ਮੋਟਾ ਕਿਤੇ ਲੱਗਦਾ ਹੋਵੇ ਨਾ ਵੀ ਹਾਂ ਵੀ ਹੁਣ ਇੱਥੇ ਨਿਆਣੇ ਹੋਰ ਵੀ ਆਉਂਦੇ ਸੀ ਉਹੀ ਮਾੜਾ ਚੈੱਕ ਕਰਦੇ ਹਲਕਾ ਜਿਹਾ ਲੱਗਾ ਉਹਨੂੰ ਝਟਕਾ ਜਿਹਾ ਲੱਗਿਆ ਹੋਣਾ ਇੱਦਾਂ ਵੀ ਜੇ ਤੁਹਾਨੂੰ ਇੱਦਾਂ ਮਾੜਾ ਮੋਟਾ ਮਹਿਸੂਸ ਹੁੰਦਾ ਹੋਵੇ ਇੱਦਾਂ ਪੁੱਠਾ ਹੱਥ ਲਾਉਣਾ ਹੈ ਆ ਜਿਹੜਾ ਐਂ ਛੇਤੀ ਮੁੜੇ ਜਾ ਤੁਸੀਂ ਇਹਨੂੰ ਮੁੜਨਾ ਨੇ ਨਾਲੇ ਚਿਪਕ ਜਾਣਾ ਫਿਰ ਐਂ ਹੁਣ ਹੈ ਨਹੀਂ ਵੈਸੇ ਮੈਂ ਤੁਹਾਨੂੰ ਦੱਸ ਰਿਹਾ ਇਹ ਚੀਜ਼ ਹਾਂ ਦਿਖਾਏ ਸੁਰਜੀਤ ਮੱਛੀ ਦਿਖਾ ਆ ਹੁਣੀ ਹੁਣੀ ਇੱਕ ਨਾ ਸੁਰਜੀਤ ਨੇ ਮੱਛੀ ਫੜੀ ਇੱਕ ਹੁਣੀ ਹੁਣੀ ਆ ਦੇਖੋ ਸੁਰਜੀਤ ਬੁੱਗੇ ਨੂੰ ਡੂੰਘੇ ਪਾਣੀ ਛੱਡ ਗਿਆ ਹੁਣ ਟੋਭਾ ਛੱਡਿਆ ਇਹਨੂੰ ਜ਼ਿਆਦਾ ਟਾਈਮ ਪਾਣੀ ਤੋਂ ਬਾਹਰ ਨਾ ਰੱਖ ਠੀਕ ਹੈ ਚੰਗਾ ਨਹੀਂ ਲੱਗਦਾ ਇਹ ਵੀ ਜਿੱਦਾਂ ਇਹਨੂੰ ਪਾਣੀ ਨਾਲ ਇਹ ਪਾਣੀ ਜਿੱਦਾਂ ਬੁਖਾਰ ਕਹਿੰਦਾ ਮਰ ਜਾਂਦੀ ਆ ਅਤੇ ਇਹਨੂੰ ਪਾਣੀ ਛੱਡ ਲਿਆ ਜਾਵੇ ਜਾਂ ਭੱਜ ਛੇਤੀ ਫਿਰ ਅਰੁਣ ਭਈਆ ਉਹ ਕਾਲੇ ਮੈਂ ਤਾਂ ਪੀਤਾ ਨਹੀਂ ਪਾਣੀ ਛੱਡ ਚਲਾ ਯਾਰ ਮੜੀ ਜੀ ਫਿਰ ਦੁਆਰੇ ਚਲਾਈ ਜਾਂ ਮੈਂ ਵੀ ਪਾਣੀ ਪੀਤਾ ਮੈਂ ਤਾਂ ਗੱਲਾਂ ਬਾਤਾਂ 'ਚ ਪਾਣੀ ਨਹੀਂ ਪੀਤਾ ਚਲੋ ਮੇਰੀ ਅੱਜ ਦੇ ਹਾਂ ਬੰਦ ਕਰਦੇ ਕਾਲੇ ਮੈਂ ਵੀ ਅੱਜ ਸਵੇਰ ਦਾ ਲੱਗਿਆ ਹੋਇਆ ਦੇਖੋ ਮੇਰੇ ਵੀ ਨਾ 2 ਕਿੱਲਿਆਂ 'ਚ ਮੈਂ ਰੇਹ ਪਾ ਕੇ ਆਇਆ ਉੱਧਰ ਉਹ ਕਹਿੰਦੇ ਰੀਸੈਂਟ ਜੀ ਪਾਉਂਦੇ ਨਾ ਹੱਥ ਨੂੰ ਲਾਲ ਲਾਲ ਜਿਹੇ ਹੋ ਜਾਂਦੇ ਉਹਦੇ ਨਾਲ ਅਤੇ ਹੁਣ 2 ਕਿੱਲਿਆਂ 'ਚ ਰੇਹ ਪਾ ਕੇ ਗਰਮੀ ਮੈਨੂੰ ਬਹੁਤ ਆਈ ਹੁਣ ਮੈਂ ਕਾਲੇ ਰਾਂ ਕੋਲ ਆ ਕੇ ਪਾਣੀ ਪੀਤਾ ਅਤੇ ਇਹਨਾਂ ਨੇ ਵੀ ਥੋੜ੍ਹਾ ਜਿਹਾ ਬ੍ਰੇਕ ਲਿੱਤਾ ਵੀ ਥੱਕੇ ਸਵੇਰ ਦੇ ਲੱਗੇ ਹੋਏ ਆ ਮੈਂ 6:30 ਆ ਗਿਆ ਸੀ ਇੱਥੇ ਖੇਤ ਵਿੱਚ 6:30 ਤੋਂ ਪਹਿਲਾਂ ਲੱਗੇ ਹੋਏ ਸੀ ਮੈਂ ਹੁਣ ਪਤਾ ਨਹੀਂ ਕਿੰਨੇ ਵਜੇ ਹੁਣ 5:30 ਆ ਗਏ ਹੁਣ ਖੇਤ ਦੇ ਵਿੱਚ ਇਹ ਅਤੇ ਅੱਜ ਇਹਨਾਂ ਦਾ ਕੰਮ ਇੱਥੇ ਨਿਬੜ ਹੁਣ ਥੋੜ੍ਹਾ ਬਹੁਤਾ ਕੰਮ ਹੈ ਮੈਂ ਕਿਹਾ ਛੁੱਟੀ ਕਰੋ ਧੁੱਪਾਂ ਬਹੁਤ ਹੋ ਗਈ ਆ ਚਲੋ ਅੱਜ ਦੀ ਵੀਡੀਓ ਇੱਥੇ ਤੱਕ ਸੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮੇਰਾ ਵੀਡੀਓ ਦੇਖਣ ਵਾਸਤੇ ਮਿਲਦੇ ਹਾਂ ਕਿ ਅਸੀਂ ਅਗਲੀ ਵੀਡੀਓ ਦੇ ਵਿੱਚ